ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਥਾਣਾ ਬਿਲਗਾ ਦੇ SHO ਕੇਵਲ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਮੌ ਸਾਹਿਬ ਨੇ ਥਾਣਾ ਬਿਲਗਾ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ 13 ਸਾਲਾ ਲੜਕੀ ਨੂੰ ਲਖਵਿੰਦਰ ਮਹਿਮੀ ਪੁੱਤਰ ਚਮਨ ਲਾਲ ਵਾਸੀ ਪਿੰਡ ਜਾਣ ਥਾਣਾ ਗੁਰਾਇਆ ਵਰਗਲਾ ਫਸਲਾ ਕੇ ਵਿਆਹ ਕਰਵਾਉਣ ਦੀ ਨੀਤ ਨਾਲ ਭਜਾ ਕੇ ਲੈ ਗਿਆ। ਮੁਕੱਦਮਾ ਦਰਜ ਹੋਣ ਉਪਰੰਤ ASI ਅਨਵਰ ਮਸੀਹ ਨੇ ਇਤਲਾਹ ਮਿਲਣ 'ਤੇ ਬੱਸ ਅੱਡਾ ਪਿੰਡ ਮੋਬਾਈ ਤੋਂ ਲਖਵਿੰਦਰ ਮਹਿਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਲੜਕੇ ਦੇ ਚੁੰਗਲ ਵਿੱਚੋਂ ਲੜਕੀ ਨੂੰ ਵੀ ਬਰਾਮਦ ਕੀਤਾ ਹੈ। ਦੋਨਾਂ ਦਾ ਮੈਡੀਕਲ ਬਿਲਗਾ ਦੇ ਸਿਵਲ ਹਸਪਤਾਲ ਤੋਂ ਕਰਵਾ ਕੇ ਲੜਕੀ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਅਤੇ ਲੜਕੇ ਲਖਵਿੰਦਰ ਮਹਿਮੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਬਿਲਗਾ ਤੋਂ ਦਵਿੰਦਰ ਸਿੰਘ ਜੌਹਲ ਦੀ ਰਿਪੋਰਟ। ਜਰਨੈਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਾਉ ਸਾਹਿਬ ਨੇ ਦੱਸਿਆ ਵੀ ਉਹਦੀ ਲੜਕੀ ਕਾਲਪਨਿਕ ਨਾਮ ਸਿੰਮੀ ਉਮਰ ਕਰੀਬ 13 ਸਾਲ ਨੂੰ ਇੱਕ ਲੜਕਾ ਜਿਸਦਾ ਨਾਮ ਲਖਵਿੰਦਰ ਸਿੰਘ ਮਹਿਮੀ ਪੁੱਤਰ ਚਮਨ ਲਾਲ ਵਾਸੀ ਪਿੰਡ ਜੰਡ ਥਾਣਾ ਗਰਾਇਆ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਜਿਹੜਾ ਲੈ ਗਿਆ ਜਿਸ ਦੇ ਬਿਆਨਾਂ 'ਤੇ ਥਾਣਾ ਵਿਖੇ ਮੁਕੱਦਮਾ ਨੰਬਰ 31-2-19 ਅੰਡਰ ਸੈਕਸ਼ਨ 363-366 AIPC ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਆਪਣੀਆਂ ਜਿਹੜੀਆਂ ਪੁਲਿਸ ਪਾਰਟੀਆਂ ਨੂੰ ਇਮੀਡੀਏਟ ਜਿਹੜੇ ਇਲਾਕਾ ਦੇ ਵਿੱਚ ਭੇਜਿਆ ਗਿਆ ਅਤੇ ਜੋ ਲੜਕਾ ਅਤੇ ਲੜਕੀ ਮੁਖਬਰ ਖਾਸ ਨੇ ਦੱਸਿਆ ਕਿ ਦੋਨੋਂ ਜਾਣੇ ਬੱਸ ਅੱਡਾ ਮੋਬਾਈਲ ਬੱਸ 'ਤੇ ਜਾਣ ਲਈ ਤਿਆਰ ਬੈਠੇ ਹੈ ਜੋ ਉੱਥੇ ਇਮੀਡੀਏਟ ਪੁਲਿਸ ਪਾਰਟੀ ਨੇ ਪਹੁੰਚ ਕੇ ਉਹਨਾਂ ਨੂੰ ASI ਅਨਵਰ ਮਸੀਹ ਦੇ ਨਾਲ ਸਮੇਤ ਹੋਰ ਮੁਲਾਜ਼ਮਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦੋਨਾਂ ਆਪਣੇ ਲੜਕੇ ਨੂੰ ਗ੍ਰਿਫਤਾਰ ਕਰਕੇ ਲਿਆ ਕੇ ਅਤੇ ਦੋਨਾਂ ਲੜਕੀ ਅਤੇ ਲੜਕੇ ਦਾ ਦੋਨਾਂ ਦਾ ਸਿਵਲ ਹਸਪਤਾਲ ਫਲੋਰ ਤੋਂ ਬਿਲਗੇ ਤੋਂ ਡਾਕਟਰੀ ਮੁਲਾਜ਼ਾ ਕਰਵਾਉਣ ਤੋਂ ਬਾਅਦ ਲੜਕੀ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਲੜਕੇ ਨੂੰ ਜਿਹੜਾ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਜਿਹੜੀ ਆ ਉਹਦੇ ਕੋਲ ਕੀਤੀ ਜਾਵੇ।